ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਪਾਏ ਵੀਰ ਸਿੰਘ ਜੀ ਦੀ ਕਮੌਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਜਿਸ ਦਾ ਸਰਲੇਖ ਹੈ ਸੁੰਦਰੀ ਔਸ ਦਾ 13ਵਾਂ ਕਾਣ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਜਿਸ ਵਿੱਚ ਛੋਟੇ ਕਲੂਕਾਰੇ ਦਾ ਜ਼ਿਕਰ ਹੈ ਸਰਦਾਰ ਸ਼ਾਮ ਸਿੰਘ ਦਾ ਜਥਾ ਨਦੀ ਤੋਂ ਪਾਰ ਪੰਜ ਕੋਤੇ ਡੇਰੇ ਲਾਈ ਬੈਠਾ ਸੀ ਇਹ ਅਰ ਸਿੰਘ ਭੋਜਨ ਦਾ ਆਹਰ ਕਰ ਰਹੇ ਸਨ ਸਰਦਾਰ ਸਾਹਿਬੀ ਇੱਕ ਮੈਦਾਨ ਵਿੱਚ ਬੈਠੇ ਬਲਵੰਦ ਸਿੰਘ ਨੂੰ ਉਡੀਕ ਰਹੇ ਸਨ ਕਿ ਅਚਾਨਕ ਬਲਵੰਦ ਸਿੰਘ ਆਪਣੇ ਸਾਥੀਆਂ ਸਣੇ ਸਤਵੰਤੀ ਭੈਣ ਨੂੰ ਸਹੀ ਸਲਾਮਤ ਲੈ ਕੇ ਪਹੁੰਚ ਪਿਆ। ਸੁੰਦਰੀ ਨੂੰ ਵੇਖ ਕੇ ਸ਼ਾਮ ਸਿੰਘ ਵੱਡਾ ਗਦਗਦ ਹੋਇਆ ਔਰ ਸਿਰ ਤੇ ਪਿਆਰ ਦੇ ਕੇ ਪਾਸ ਬਿਠਾਇਆ। ਇਹ ਖੁਸ਼ੀ ਦੀ ਖਬਰ ਅਖਦੇ ਫੋਰ ਵਿੱਚ ਸਭ ਖਾਲਸੇ ਨੇ ਸੁਣ ਪਾਈ ਔਰ ਦੇਵੀ ਭੈਣ ਨੂੰ ਇੱਕ ਇੱਕ ਜਣਾ ਆਣ ਕੇ ਮਿਲਿਆ। ਸੁੰਦਰੀ ਭਾਵੇਂ ਆਪਣੇ ਧਰਮ ਤੇ ਨਿਸ਼ਚੇਵਾਨ ਹੋਣ ਕਰਕੇ ਬੜੀ ਹੱਠੀ ਹੋ ਰਹੀ ਸੀ ਪਰੰਤੂ ਇਸ ਕਸ਼ਟ ਵਿਖੇ ਰੰਗ ਕੁਝ ਕੋ ਪੀਲਾ ਪੈ ਗਿਆ ਸੀ ਅਰ ਚਿਹਰਾ ਉਤਾਰੇ ਵਿਖੇ ਹੋ ਗਿਆ ਸੀ ਇਹ ਗੱਲ ਕੇਵਲ ਧਰਮਕੋਰ ਨੇ țaੜੀ ਸੀ ਜਿਸ ਦਾ ਲੂ ਲੂ ਸੁੰਦਰੀ ਦੇ ਪ੍ਰੇਮ ਵਿੱਚ ਰਤਾ ਹੋਇਆ ਸੀ ਗਲ ਕਾ ਦੀ ਸੁੰਦਰੀ ਅਰ ਸਰਬਤ ਖਾਲਸੇ ਨੇ ਭੋਜਨ ਛੱਕੇ ਅਰ ਥੋੜੇ ਚਿਰ ਮਗਰੋਂ ਕੂਚ ਕਰ ਦਿੱਤਾ ਅਤੇ ਮੰਜ਼ਲ ਮਾਰ ਕੇ ਕਾਨੂੰ ਵਾਲ ਦੇ ਲਾਗੇ ਆਪਣੇ ਭਰਾਵਾਂ ਪਾਸ ਚਾਲ ਵਿੱਚ ਜਾ ਆਪਣੇ ਸਰਦਾਰ ਸ਼ਾਮ ਸਿੰਘ ਦੇ ਆਪਣਣ ਤੋਂ ਅੱਗੇ ਸਰਦਾਰ ਕਰੋੜਾ ਸਿੰਘ ਸਰਦਾਰ ਹਰੀ ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ ਨਵਾਬ ਕਪੂਰ ਸਿੰਘ ਸਰਦਾਰ ਸੁਖਾ ਸਿੰਘ ਸਰਦਾਰ ਜਸਾ ਸਿੰਘ ਸਰਦਾਰ ਜੈ ਸਿੰਘ ਸਰਦਾਰ ਚੜਤ ਸਿੰਘ ਸਰਦਾਰ ਗੁਰਦੇয়াল ਸਿੰਘ ਸਰਦਾਰ ਹੀਰਾ ਸਿੰਘ ਤੇ ਸਰਦਾਰ ਗੁਰਬਖਸ਼ ਸਿੰਘ ਆਦੀ ਜਥੇਦਾਰ ਸਰਦਾਰ ਜੋ ਉਸ ਸਮੇਂ ਖਾਲਸੇ ਵਿੱਚ ਆਗੂ ਸਨ ਔਰ ਵੱਡੇ ਜੋਧੇ ਤੇ ਸੱਚੇ ਸਿੰਘ ਸਨ ਅਪੜ ਚੁਕੇ ਸਨ ਜਦ ਸਰਦਾਰ ਸ਼ਾਮ ਸਿੰਘ ਪਹੁੰਚਿਆ ਤਦ ਵੱਡੇ ਆਦਰ ਭਾਵ ਨਾਲ ਕੀ ਭਰਾਵਾਂ ਨਾਲੋਂ ਵੀ ਅਧਿਕ ਸਨੇਹ ਨਾਲ ਮਿਲੇ ਸੁੰਦਰੀ ਦੀ ਵਿਥਿਆ ਤੇ ਜਸ ਤੇ ਪੰਨ ਸੇਵਾ ਦਾ ਚਰਚਾ ਵੀ ਸਾਰੇ ਫੈਲਿਆ ਹੋਇਆ ਸੀ ਉਹ ਵੀ ਸਭਨਾਂ ਨੂੰ ਮਿਲ ਕੇ ਖੁਸ਼ ਹੋਈ ਅੱਜ ਭਾਵੇਂ ਸਾਰੇ ਸਿੰਘ ਵਿਪਤ ਕਾਲ ਵਿੱਚ ਇਕੱਠੇ ਹੋਏ ਸਨ ਪਰ ਉਹਨਾਂ ਦਾ ਪ੍ਰੇਮ ਅਜਿਹਾ ਸੀ ਕਿ ਜਿਸ ਦੀ ਉਪਮਾ ਇਸ ਜਗਤ ਵਿੱਚ ਮਾਣੋ ਨਹੀਂ ਪਰ ਸੱਚਮੁੱਚੇ ਸਾਰੇ ਇਕ ਮਾਤਾ ਪਿਤਾ ਦੀ ਔਲਾਦ ਸਨ ਔਰ ਸਭ ਸਕੇ ਭਰਾ ਸਨ ਕਿਸੇ ਭਰਾ ਨੂੰ ਕਿਸੇ ਨਾਲ ਵੈਰ ਨਹੀਂ ਸੀ ਸਭ ਦੇ ਸੀਨੇ ਪੰਥਕ ਪਿਆਰ ਨਾਲ ਭਰੇ ਪਏ ਸਨ ਵੱਡੇ ਛੋਟੇ ਸਾਰੇ ਇੱਕ ਦੂਜੇ ਨਾਲ ਕਿਸੇ ਗੱਲ ਦਾ ਵੇਰਵਾ ਨਹੀਂ ਰੱਖਦੇ ਸਨ ਗੁਰੂ ਦਾ ਪਿਆਰ ਦਿਲ ਵਿੱਚ ਸੀ ਤੇ ਪੰਥ ਲਈ ਸਭ ਦੇ ਆਦਰ ਕੁਰਬਾਨੀ ਭਰੀ ਪਈ ਸੀ ਸਾਰੇ ਬਾਣੀ ਦੇ ਪ੍ਰੇਮੀ ਸਨ ਤੇ ਉੱਚੇ ਆਚਰਣ ਵਾਲੇ ਸਨ ਜਥੇਦਾਰ ਸਰਦਾਰ ਤਾਂ ਸਨ ਪਰ ਬੰਦੋਬਸਦੀ ਖਾਤਰ ਉਨ ਤਾਂ ਆਪਣੇ ਆਪ ਨੂੰ ਵੀਰਾਂ ਦੇ ਵੀਰ ਜਾਣਦੇ ਸਨ ਪਰ ਸਿੰਘ ਜਥੇਦਾਰਾਂ ਦਾ ਸਨਮਾਨ ਬੜੇ ਹੀ ਕਰਦੇ ਸਨ ਜਥੇਦਾਰ ਦੇ ਹੁਕਮ ਤੋਂ ਕੋਈ ਸਿਰ ਨਹੀਂ ਸੀ ਫੇਰਦਾ ਰਾਤ ਨੂੰ ਫਿਰ ਗੁਰਮਤਤਾ ਹੋਇਆ ਉਸ ਵੇਲੇ ਬਿਜਲਾ ਸਿੰਘ ਜੀ ਸੁਣ ਕੇ ਖਬਰ ਲੈ ਆਏ ਕਿ ਲਖਪਤ ਕੋਈ ਲਗਭਗ ਲਖ ਸੈਨਾ ਪੈਦਲ ਪਿਆਦੇ ਔਰ ਤੂਫਖਾਨਾ ਲੈ ਕੇ ਇਸ ਪਾਸੇ ਦੱਬੀ ਆ ਰਿਹਾ ਹੈ ਖਾਲਸੇ ਨੇ ਸੋਚਿਆ ਕਿ ਸਾਡਾ ਜਥਾ ਵੀ 25000 ਹੋਸੀ ਔਰ ਉਹ ਲੱਖਾਂ ਦੀ ਗਿਣਤੀ ਵਿੱਚ ਹਨ ਫਿਰ ਸਾਡੇ ਪਾਸ ਸਮਾਨ ਕੁਝ ਨਹੀਂ ਆਂਦਾਣੇ ਦਾ ਪੂਰਾ ਬੰਦੋਬਸ ਨਹੀਂ ਕੀ ਕੀਤਾ ਜਾਏ ਇਸ ਵੇਲੇ ਜੋ ਵਿਚਾਰਾਂ আর દલીਲਾਂ ਤੇ دانائی ਦੀ ਬਹਿਸ ਹੋਈ ਉਸ ਦੀ ਉਪਮਨ ਨਹੀਂ ਹੋ ਸਕਦੀ ਨਿਤ ਦੀਆਂ ਲੋੜਾਂ ਤੇ ਦੁੱਖਾਂ ਨੇ ਜੋ ਅਕਲ ਉਸ ਵੇਲੇ ਸਿੱਖਾਂ ਨੂੰ ਸਿਖਾਈ ਸੀ ਤੇ ਜੋ ਜਾਨ ਉਹਨਾਂ ਵਿੱਚ ਗੁਰੂ ਆਦਰਸ਼ ਨੇ ਭਰੀ ਸੀ ਉਸ ਦਾ ਹੁਲਸਾ ਉਹਨਾਂ ਨੂੰ ਸਕੇ ਵੀਰ ਬਣਾ ਕੇ ਅਮਲੀ ਅਕਲਾਂ ਸਿਖਲਾਂਦਾ ਸੀ ਉਸ ਵੇਲੇ ਬਾਣੀ ਦਾ ਪ੍ਰੇਮ ਸੀ ਜੀਵਨ ਉੱਚੇ ਸਨ ਪੰਥਕ ਪਿਆਰ ਅਤ ਦਾ ਸੀ ਖੁਦਗਰਜ਼ੀ ਸਿੱਖਾਂ ਵਿੱਚ ਨਹੀਂ ਸੀ ਪੰਥਕ ਕਮਾਤੋਂ ਆਪਾ ਵਾਰਦੇ ਸਨ ਉਸ ਰਾਤ ਦਾ ਗੁਰਮਤਾ ਕੋਈ ਆਪੋ ਵਿੱਚ ਦੀ ਧੜੇ ਬਾਜ਼ੀ ਦੀ ਕਮੇਟੀ ਨਹੀਂ ਸੀ ਨਾਨਿਜ ਪੇਟ ਪਾਲੂ ਪਰਮਿਤੇਸ਼ਿਆਂ ਦੀ ਕੁਰੜਾ ਵਾਲੀ ਲੜਾਈ ਸੀ ਨਾ ਆਪਣੀ ਨਿੱਜੀ ਦੀ ਦੁਸ਼ਮਣੀ ਪਿੱਛੇ ਕਿਸੇ ਭਰਾ ਦਾ ਬੇੜਾ ਘਰ ਕਰਨ ਦਾ ਮਨਸੂਬਾ ਸੀ ਨਾ ਕੋਈ ਫੂੰਫਾ ਤੇ ਦਿਖਾਵੇ ਦਾ ਜਲਸਾ ਸੀ ਉਸ ਵੇਲੇ ਗੁਰਮਤਾ ਸੱਚੇ ਸਿੱਖਾਂ ਦੀ ਉਸਦਾਨਾਈ ਦੇ ਪੂਰਨ ਉਤੇ ਤੁਰਨ ਦਾ ਆਹਰ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰੇ ਪੁੱਤਰਾਂ ਨੂੰ ਸਿਖਾ ਗਏ ਸਨ ਔਰ ਜਿਸ ਨੂੰ ਸ਼ੌਕ ਹੈ ਕਿ ਅੱਜ ਕੱਲ ਦੇ ਚੁਫੇਰ ਗੜੀਏ ਸਿੱਖ ਭੁਲਾ ਰਹੇ ਹਨ ਉਸ ਵੇਲੇ ਦੇ ਸਰਪੰਥ ਦੀ ਆਉਣ ਵਾਲੀ ਦਸ਼ਾ ਦਾ ਸਾਰਾ ਨਿਰਭਰ ਸੀ ਜੋ ਉਸ ਵੇਲੇ ਦੇ ਗੁਰਮਤੇ ਵਿੱਚ ਅੱਜ ਕੱਲ ਦੇ ਕਈ ਪਾਲਿਸੀ ਬਾਜ਼ ਅਕਲ ਦੇ ਮਟ ਸਿੱਖਾਂ ਵਰਗੇ ਸਿੰਘ ਹੁੰਦੇ ਤਾਂ ਪਤਾ ਨਹੀਂ ਕਿ ਸਿੱਖਾਂ ਦਾ ਭਵਿੱਖਤ ਕੀ ਹੁੰਦਾ ਗੁਰੂ ਮਹਾਰਾਜ ਜੀ ਪੰਦੇ ਵਾਲੀ ਸਦਾ ਅੰਗ ਸੰਗ ਹਨ ਔਰ ਸੱਚੇ ਸਿੰਘਾਂ ਦੇ ਹਰ ਵੇਲੇ ਸਹਾਈ ਹਨ ਗਲ ਕਾ ਦੀ ਗੁਰਮਤੇ ਦਾ ਸਿਟਾ ਇਹ ਨਿਕਲਿਆ ਜੋ ਖਾਲਸੇ ਦਾ ਸਾਰਾ ਦਲ ਕਨੂਵਾਨ ਦੇ ਅਪਾਰ ਬੰਦ ਤੇ ਝੱਲਾਂ ਵਿੱਚ ਵੜ ਗਿਆ ਰਸਦ ਪਾਣੀ ਜਿੰਨਾ ਕੁਝ ਇਕੱਠਾ ਹੋ ਸਕਿਆ ਨਾਲ ਅੰਦਰ ਲੈ ਗਏ ਬਾਕੀ ਛੰਮ ਦਾ ਸ਼ਿਕਾਰ ਤੇ ਬੰਦ ਦਾ ਸ਼ਿਕਾਰ ਔਰ ਵੈਰੀ ਦਲ ਦੀ ਲੁੱਟਮਾਰ ਇਹ ਖਾਲਸੇ ਦਾ ਮਹਿਕਮਾ ਕਮ ਸੀ ਰੇਡ ਸੀ ਬੰਦੂਕ ਤੀਰ ਡਾਂਗਾ ਨੇਜ਼ੇ ਤਲਵਾਰ ਇਹ ਹਥਿਆਰ ਸਨ ਬਨ ਖਾਲਸੇ ਦਾ ਕਿਲਾ ਸੀ ਤੇ ਆਪੋ ਵਿੱਚ ਪ੍ਰੇਮ ਤੇ ਗੁਰੂ ਦਾ ਆਸਰਾ ਇਹ ਤਾਕਤ ਸੀ ਲਖਪਤ ਸਭ ਪਾਸਿੋਂ ਸਿੱਖਿਆ ਨੂੰ ਧੱਕ ਰਿਆ ਸੀ ਸਾਰੇ ਲੁਕੇਵੇਂ ਦੇ ਥਾਵਾਂ ਤੇ ਧੱਕੇ ਹੋਏ ਸਿੰਘ ਇੱਧਰ ਆ ਰਹੇ ਸਨ ਇੱਧਰ ਉੱਧਰ ਲੁਕੇ ਛਿਪੇ ਸਾਰੇ ਇਕੱਠੇ ਹੋਏ ਲਖਪਤ ਨੇ ਉੱਥੇ ਆ ਕੇ ਡੇਰਾ ਜਮਾਇਆ ਪਰ ਬਨ ਅਜਿਆ ਸੀ ਕਿ ਵਿੱਚ ਲਖਪਤ ਦਾ ਜਾਣਾ ਕਠਿਨ ਸੀ ਇਹ ਬਨ ਵੱਡਾ ਸੰਗਣਾ ਔਰ ਕੰਡਲੇ ਬਿਰਛਾਂ ਨਾਲ ਭਰਪੂਰ ਸੀ ਇਸ ਦੇ ਰਸਤੇ ਸਿਵਾਏ ਗੁਰੂ ਦੇ ਸ਼ੇਰਾਂ ਦੇ ਹੋਰ ਕਿਸੇ ਨੂੰ ਮਾਲੂਮ ਨਹੀਂ ਸੀ ਇਹ ਬਨ ਨਹੀਂ ਸੀ ਖਾਲਸੇ ਦਾ ਲੋਹ ਮਈ ਕਿਲਾ ਸੀ ਜਿਸ ਵਿੱਚ ਲਖਪਤ ਦੀਆਂ ਤੋਪਾਂ ਬਿਆਰਥ ਸਨ ਬਾਹਰ ਹੀ ਬੈਠਾ ਸਮੇਂ ਦੀ ਤਾੜ ਕਰਦਾ ਪਰ ਉਲਟੀ ਪੈਂਦੀ ਸਿੰਘ ਬਹਾਦਰ ਰਾਤ ਨੂੰ ਬੰਦ ਵਿੱਚ ਸ਼ੇਰਾਂ ਵਾਂਗ ਨਿਕਲਦੇ ਅਰ ਲਖਬਤ ਦੀ ਸੈਨਾ ਪਰ ਟੁੱਟ ਪੈਂਦੇ ਹਜ਼ਾਰਾਂ ਦੇ ਆਹੂ ਲਾਉਂਦੇ ਗੋਲੀ ਬਾਰੂਦ ਹਥਿਆਰ ਖਾਣਾ ਦਾਣਾ ਲੁੱਟਦੇ ਤੇ ਦਿਨ ਹੋਣ ਤੇ ਅੱਗੇ ਅੱਗੇ ਫੇਰ ਬੰਦ ਵਿੱਚ ਜਾ ਕੁੱਸਦੇ ਸਾਮਾਨ ਕਾਟਸਨ ਪਰ ਤਦ ਵੀ ਸੁੰਦਰੀ ਧਰਮਕੌਰ ਅਰ ਅਠਨੂ ਹੋਰ ਜਥਿਆਂ ਦੇ ਵੈਦ ਸਿੰਘ ਤੇ ਸੇਵਕ ਮਲਮ ਪੱਟੀ ਕਰਨ ਵਾਲੇ ਕਾਇਲ ਭਰਾਵਾਂ ਦੀ ਸੇਵਾ ਕਰਦੇ ਸਿੱਖਾਂ ਦੇ ਚੁਪੇਲ ਤੇ ਰਾਤਾਂ ਦੇ ਕੀਤੇ ਹਮਲੇ ਅਜੇ ਅਚਨਚੇਤ ਹੁੰਦੇ ਅਰ ਅਜੇ ਜ਼ੋਰ ਦੇ ਪੈਂਦੇ ਕਿ ਦੁਸ਼ਮਣ 당 ਰਹਿ ਜਾਂਦੇ ਜਿਸ ਥਾਂ ਉਹ ਪਕਿਆਈ ਕਰਦੇ ਅਰ ਤਕੜੇ ਹੁੰਦੇ ਉਧਰ ਸਿੱਖ ਨਜ਼ਰ ਵੀ ਨਾ ਕਰਦੇ ਕਮਜ਼ੋਰ ਪਾਸੇ ਵੱਲ ਜਾ ਬਿਜਲੀ ਵਾਂਗ ਕੜਕਦੇ ਬਿਜਲਾ ਸਿੰਘ ਅਰ ਕਈ ਸੂਈਏ ਦੁਸ਼ਮਣ ਦੇ ਦਲਾਂ ਵਿੱਚ ਭੇਸ ਵਟਾ ਕੇ ਜਾਣ ਨਿਕਲਦੇ ਪਰ ਵੈਰੀਆਂ ਨੂੰ ਪਤਾ ਲੱਗਣ ਨਾ ਦਿੰਦੇ ਇੱਕ ਦਿਨ ਇੱਕ ਸੂਈਆ ਫੜਿਆ ਗਿਆ ਲਖਪਤ ਨੇ ਉਸ ਨੂੰ ਬ੍ਰਿਛ ਨਾਲ ਬਨਵਾ ਕੇ ਜੀਵ ਦਾ ਸੜਵਾ ਦਿੱਤਾ ਉਸ ਰਾਤ ਭਾਈ ਬਿਜਲਾ ਸਿੰਘ ਇਕੱਲੇ ਨੇ ਖੂਬ ਬਦਲਾ ਲਿਆ ਅੱਧੀ ਰਾਤ ਦੇ ਵੇਲੇ ਦੌਬ ਤਾੜ ਕੇ ਸਲੇਖਾਨੇ ਨੂੰ ਅਗ ਲਾਉਂਦਾ ਹੀ ਆਪ ਖਿਸਕ ਗਿਆ ਉਸ ਅਗ ਨੇ ਬੜਾ ਨੁਕਸਾਨ ਕੀਤਾ ਕਈ ਹਜ਼ਾਰ ਦਾ ਗੋਲਾ ਬਾਰੂਦ ਸੜ ਗਿਆ ਆਪਣੇ ਸਲੇਖਾਨੇ ਦੇ ਫਟਣ ਨਾਲ ਆਪਣੇ ਲਸ਼ਕਰੀ ਵੀ ਬਹੁਤ ਮੋਏ ਤੇ ਫਟਣ ਹੋਏ ਅਗਲੇ ਦਿਨ ਲਖੂ ਪਾਸ ਚਿੱਠੀ ਪੂਜੀ ਸਿੱਖ ਪਰਜਾ ਦੇ ਸੁਖ ਲਈ ਲੜਦੇ ਹਨ ਤੂੰ ਜ਼ਾਲਮ ਹੋ ਕੇ ਆਪਣਿਆਂ ਨੂੰ ਮਾਰਦਾ ਹੈ ਸਾਈਂ ਦਾ ਭਾਉ ਕਰ ਇਸ ਪ੍ਰਕਾਰ ਕੁਝ ਸਮਾਂ ਬੀਤਿਆ ਲਖਪਤ ਦੀ ਸੈਨਾ ਦਾ ਬਹੁਤ ਨੁਕਸਾਨ ਹੋਇਆ ਔਰ ਖਰਚ ਵੀ ਬਹੁਤ ਉੱਠ ਗਿਆ ਪਰ ਉੱਥੇ ਪ੍ਰਵਾਹ ਵੀ ਕੀ ਸੀ ਪਾਤਸ਼ਾਹੀ ਖਜ਼ਾਨਾ ਉਸ ਦੀ ਪਿੱਠ ਪਿਛੇ ਸੀ ਇਧਰ ਖਾਲਸੇ ਦਾ ਖਾਣਾ ਦਾਣਾ ਮੁੱਕ ਗਿਆ ਛੰਬ ਦੇ ਜੰਤੂ ਵੀ ਮੁੱਕ ਗਏ ਤੇ ਜੰਗਲ ਵਿੱਚ ਸ਼ਿਕਾਰ ਵੀ ਨਾ ਹੋਣ ਲੱਗੇ ਹਜ਼ਾਰਾਂ ਆਦਮੀ ਖਾਣ ਵਾਲੇ ਸ਼ਿਕਾਰ ਕਿੱਥੋਂ ਵਧਦਾ ਜਾਏ ਜੰਗਲ ਵਿੱਚ ਜੋ ਫਲ ਫੁੱਲ ਕੁਝ ਮਾੜਾ ਮੋਟਾ ਸੀ ਸੋ ਵੀ ਫਤਿਹ ਗ ਜਾ ਗਿਆ ਗੋਲੀ ਬਾਰੂਦ ਮੁਕ ਚੱਲਿਆ ਉਧਰੋਂ ਲੱਖੂ ਦੀ ਸੈਨਾ ਵੀ ਰਾਤ ਨੂੰ ਚੁਕੰਨੀ ਰਹਿਣ ਲੱਗੀ ਰਾਤ ਦੀ ਲੁੱਟਮਾਰ ਵਿੱਚ ਵੀ ਸਿੰਘਾਂ ਦੇ ਹੱਥ ਕੁਝ ਘਟਵਾਦੀ ਲੱਗਦਾ ਰੁੱਤ ਵੀ ਕਰੜੀ ਹੋ ਗਈ ਇਹ ਵੇਲਾ ਡਾਡੇ ਕਬਰਾਂ ਦਾ ਸੀ ਪਰ ਦਿਲ ਨਾ ਹਰਨ ਵਾਲਾ ਖਾਲਸਾ ਗੁਰੂ ਤੇ ਆਸ ਰੱਖੀ ਜੜਾਂ ਤੇ ਪੱਤੇ ਖਾ ਕੇ ਗੁਜ਼ਾਰਾ ਕਰਨ ਲੱਗਾ ਇੱਕ ਦਿਨ ਰਾਤ ਨੂੰ ਗੁਰਮਤਤਾ ਹੋ ਰਿਆ ਸੀ ਕਿ ਭਾਈ ਬినੋਦ ਸਿੰਘ ਸੂਹਾਂ ਆ ਪਹੁੰਚਾ ਆਖਣ ਲੱਗਾ ਕਿ ਖਾਲਸਾ ਜੀ ਗੁਰੂ ਮਹਾਰਾਜ ਥੰਮਾ ਵਿੱਚੋਂ ਬੋੜ ਪਏ ਹਨ ਕਰੋੜਾ ਸਿੰਘ ਨੇ ਕਿਹਾ ਸੁਣਾ ਕੀ ਕੋ ਉਹ ਬੋਲਿਆ ਤੁਹਾਡਾ ਮੋਦੀ ਪੁਕਰਿਆ ਹੈ ਦੀਵਾਨ ਕੋੜਾ ਮਲ ਉਸਨੇ ਖੁੱਲੇ ਗਫੇ ਕਲੇ ਹਨ ਸ਼ਾਮ ਸਿੰਘ ਕਿੱਥੇ ਹਨ ਬినੋਦ ਸਿੰਘ ਲਓ ਮੈਂ ਸੁਣਾਉਂਦਾ ਦੀਵਾਨ ਕੋੜਾ ਮਲ ਨੂੰ ਖਬਰਾਂ ਤਾਂ ਲਾਹੌਰ ਦੇ ਦਰਬਾਰ ਵਿੱਚੋਂ ਸਭ ਮਿਲਦਿਆਂ ਹਨ ਹੁਣ ਉਸਨੇ ਸਿੱਖਾਂ ਦੀ ਤੰਗੀ ਦਾ ਹਾਲ ਸੁਣ ਕੇ ਅਨੇਕਾਂ ਗੱਡੇ ਆਟੇ ਆਦਿਕ ਦੇ ਇੱਕ ਬਣिए ਦੀ ਸੋਪਣਾ ਵਿੱਚ ਕੱਲੇ ਹਨ ਬਾਣੀਆਂ ਕੰਡੀ ਦਾ ਵਪਾਰੀ ਬਣ ਕੇ ਪਹਾੜਾਂ ਨੂੰ ਜਾ ਰਿਹਾ ਹੈ ਅਜ ਛੰਬੋ ਤੋਂ 2 ਮੀਲ ਪਰੇ ਉਤਰਿਆ ਪਿਆ ਹੈ ਰਸਤੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕੌਣ ਹੈ ਇਹ ਗੱਲ ਸੁਣ ਕੇ ਸਰਦਾਰ ਕਪੂਰ ਸਿੰਘ ਬੋਲਿਆ ਬਈ ਇਹ ਬਹਾਦਰ ਆਦਮੀ ਵੀ ਡਾਡਾ ਪੱਕਾ ਮਿੱਤਰ ਹੈ ਸਦਾ ਔਕੜ ਵੇਲੇ ਪੁਕਰਦਾ ਹੈ ਖਾਲਸੇ ਦਾ ਵੱਡਾ ਹਿਤੂ ਹੈ ਔਰ ਵੈਰੀਆਂ ਦਾ ਈਡਾ ਹੋਤੇਦਾਰ ਹੋ ਕੇ ਫਿਰ ਸਾਡੇ ਨਾਲ ਪਿਆਰ ਇੰਨਾ ਹੈ ਕਿ ਜਿੰਦ ਜਾਨ ਹੋ ਜਿਵੇਂ ਸ਼ੇਰ ਸਿੰਘ ਉਹ ਆਦਮੀ ਵੱਡੀ ਦੂਰ ਦੀ ਸੋਚ ਵਾਲਾ ਲੱਗਦਾ ਹੈ ਉਹ ਪੱਕ ਜਾਣਦਾ ਹੈ ਕਿ ਇੱਕ ਦਿਨ ਸਿੱਖਾਂ ਨੇ ਰਾਜ ਕਰਨਾ ਹੈ ਔਰ ਚਾਹੁੰਦਾ ਹੈ ਕਿ ਇਹ ਤਕੜੇ ਹੋ ਕੇ ਛੇਤੀ ਜ਼ੁਲਮ ਵਾਲੇ ਰਾਜ ਨੂੰ ਨਾਸ ਕਰਨ ਸ਼ਾਮ ਸਿੰਘ ਤੁਸਾਨੂੰ ਫਿਰ ਪੂਰਾ ਪਤਾ ਨਹੀਂ ਕੋੜਾ ਮਲ ਗੁਰੂ ਦਾ ਸਿੱਖ ਹੈ ਖਾਲਸਾ ਸਿੰਘ ਸਹਿਤਾਰੀ ਸਿੱਖ ਜਿਸ ਮਾਣੇ ਵਿੱਚ ਰਹਿੰਦਾ ਹੈ ਇਸ ਵਿੱਚ ਰਹਿ ਕੇ ਹੀ ਪੰਥ ਨੂੰ ਔਖੇ ਵੇਲਿਆਂ ਤੇ ਪੁਕਰਦਾ ਹੈ ਤਦੇ ਤਾਂ ਪੰਥ ਵਿੱਚ ਇਸ ਨੂੰ ਹੁਣ ਮਿੱਠਾ ਮਲ ਸਦਦੇ ਹਨ ਆਪ ਸਿੰਘ ਹੈ ਸਿੱਖਾਂ ਦਾ ਪੱਕਾ ਮਿੱਤਰ ਹੈ ਤੇ ਵਿਦੇਸ਼ੀ ਪਠਾਣਾ ਹਮਲਾਵਰਾਂ ਦੇ ਪੈਰ ਨਹੀਂ ਲੱਗਣ ਦੇਣਾ ਚਾਹੁੰਦਾ ਬినੋਦ ਸਿੰਘ ਮੈਂ ਤੁਹਾਨੂੰ ਉਸਦੀ ਬਹਾਦਰੀ ਦੀ ਨਵੀਂ ਇੱਕ ਗੱਲ ਸੁਣਾਵਾਂ ਸ਼ਾਹਪੂਰ ਜਾਂ ਕਿਸ ਦੇ ਮੈਨੂੰ ਠੀਕ ਯਾਦ ਨਹੀਂ ਰਿਹਾ ਨਾਜ਼ਮਪੁਰ ਤਿੰਨ ਵੇਰ ਸਰਕਾਰ ਦੀ ਫੌਜ ਚੜਾਈ ਕਰਕੇ ਗਈ ਤਿੰਨੇ ਵੇਰ ਹਾਰ ਖਾ ਕੇ ਆਈ ਚੌਥੀ ਵੇਰ ਦੀਵਾਨ ਕੋੜਾ ਮਲ ਨੂੰ ਹੁਕਮ ਹੋਇਆ ਕਿ ਤੂੰ ਜਾ ਕੇ ਇਹ ਮਹਿੰਮ ਨੂੰ ਸਰ ਕਰ ਸੋ ਇਹ ਫੌਜ ਲੈ ਕੇ ਸ਼ਹਿਰੋਂ ਦੋ ਕੋ ਕੋ ਤੇ ਜਾਉ ਤਰਿਆ ਡੇਰਾ ਕਰਕੇ ਆ ਫਕੀਰੀ ਭੇਸ ਕਰਕੇ ਸ਼ਹਿਰ ਨੂੰ ਤੁਰਿਆ ਇਕ ਬਾਗ ਵਿੱਚ ਉਥੋਂ ਦਾ ਹਾਕਮ ਤੇ ਦੋ ਕੋ ਹੋਰ ਆਦਮੀ ਸ਼ਤਰੰਜ ਖੇਡ ਰਹੇ ਸਨ ਕੋੜਾ ਮਲ ਨੇ ਜਾ ਸਦਾ ਕੀਤੀ ਪਰ ਸ਼ਤਰੰਜ ਵਾਲਿਆਂ ਕਿਸੇ ਨਜ਼ਰ ਨਾ ਕੀਤੀ ਪਲ ਕੋ ਖਲੋ ਕੇ ਅਚਾਨਕ ਪਲੰਘ ਤੇ ਚੜ ਗਿਆ ਔਰ ਨਾਜ਼ਮ ਨੂੰ ਢਾਕੇ ਛਾਤੀ ਤੇ ਬੈਠ ਗਿਆ ਤੇ ਖੰਜਰ ਕੱਢ ਕੇ ਉਸ ਦੀ ਛਾਤੀ ਤੇ ਤਰ ਦਿੱਤਾ ਸਭ ਜਣੇ ਹੱਕੇ ਬੱਕੇ ਹੋ ਗਏ ਕੋੜਾ ਮਲ ਜੋਸ਼ ਨਾਲ ਬੋਲਿਆ ਸੁਣੋ ਜੇ ਕੋਈ ਮੇਰੇ ਉੱਤੇ ਵਾਰ ਕਰੇ ਤਾਂ ਮੈਂ ਨਾਜ਼ਮ ਨੂੰ ਪਹਿਲੇ ਮੁਕਾ ਲੂੰ ਇਸ ਕਰਕੇ ਮੈਨੂੰ ਮਾਰਨਾ ਤੁਹਾਡਾ ਅਫਲ ਹੈ ਸੋ ਪਹਿਲਾਂ ਮੇਰੀ ਗੱਲ ਸੁਣ ਲਓ دیਵਾਨ ਕੋੜਾ ਮਲ ਮੁਹਿਮ ਲੈ ਕੇ ਆਇਆ ਹੈ ਨਾਜ਼ਮ ਦੇ دیਵਾਨ ਨੇ ਕਿਹਾ ਆਹੋ ਫਿਰ ਕੀ ਹੋਇਆ ਦੋ ਕੋ ਦੀ ਵਾਰਡ ਪਰ ਉਤਰਿਆ ਹੈ ਨਾ ਕੱਲ ਦੰਦ ਖੱਟੇ ਕਰਕੇ ਕੱਢ ਦੇਾਂਗੇ ਉਹ ਫਕੀਰ ਕੋੜਾ ਮਲ ਬੋਲਿਆ ਹੁਣ ਗੱਲ ਇਹ ਹੈ ਕਿ ਜੇ ਤੁਸੀਂ ਮੈਨੂੰ ਹੱਥ ਵੀ ਲਾਇਆ ਤਾਂ ਇਸ ਦੀ ਛਾਤੀ ਵਿੱਚ ਖੰਜਰ ਮਾਰ ਦੇਾਂਗੇ ਖੰਜਰ ਛਾਤੀ ਤੇ ਰੱਖਿਆ ਹੈ ਜ਼ਰਾ ਕੋ ਅੱਗੇ ਹੀ ਕਰਨਾ ਹੈ ਨਾ ਜੇ ਮੈਂ ਮਰ ਗਿਆ ਤਾਂ ਦੀਵਾਨ ਕੋੜਾ ਮਲ ਦੇ ਸਿਰ ਤੋਂ ਵਾਰਿਆ ਮੇਰੇ ਵਰਗੇ ਸੈਂਕੜੇ ਉਸ ਦੇ ਬੂਏ ਤੇ ਰੁਲਦੇ ਹਨ ਤੁਸੀਂ ਇਸ ਪਲੰਗ ਨੂੰ ਇੱਕ ਵਾਰੀ ਚੁੱਕ ਕੇ ਦੀਵਾਨ ਸਾਹਿਬ ਦੇ ਤੰਬੂ ਤੱਕ ਲੈ ਚਲੋ ਉੱਥੇ ਦੀਵਾਨ ਨਾਲ ਦੋ ਗੱਲਾਂ ਕਰ ਲਓ ਬਸ ਮੈਂ ਕੁਝ ਨਹੀਂ ਮੰਗਦਾ ਇਹ ਮੈਂ ਕੌਲ ਦਿੰਦਾ ਹਾਂ ਕਿ ਇਸ ਨੂੰ ਸਹੀ ਸਲਾਮਤ ਘਰ ਪਹੁੰਚਵਾ ਦਿਆਂਗਾ ਉੱਥੇ ਵਾਲਵਿੰਗਾ ਨਹੀਂ ਹੋਵੇਗਾ ਇਸ ਵੇਲੇ ਉਸ ਦਾ ਤੇਜ਼ਰ ਅਚਾਨਕੀ ਦੀ ਛੱਟ ਤੇ ਵਿਖੜਾ ਦਾਵ ਅਜੇ ਆ ਪਾਰੂ ਪਿਆ ਕਿ ਸਾਥੀਆਂ ਵਿੱਚੋਂ ਕਿਸੇ ਨੂੰ ਕੁਝ ਨਾ ਔੜੇ ਅੱਕ ਕੇ ਭਲੰਗ ਲੈ ਤੋਰੇ ਜਦ ਦੀਵਾਨ ਦੇ ਤੰਬੂਆਂ ਲਾਗੇ ਪਹੁੰਚੇ ਤਾਂ ਦੀਵਾਨ ਹੋਰੀ ਚੜਛਾਲ ਮਾਰ ਕੇ ਤੰਬੂ ਦੇ ਅੰਦਰ ਵੜ ਗਏ ਪੇਸ ਵਟਾ ਕੇ ਜਿਗਾ ਲਾ ਕੇ ਬਿਲਕੁਲ ਠਾਠ ਬਦਲ ਅਗਵਾਈ ਕਰਨ ਨੂੰ ਬਾਹਰ ਆ ਗਏ ਤੇ ਨਾਜ਼ਮ ਨੂੰ ਬੜੇ ادب ਨਾਲ ਤੰਬੂ ਦੇ ਅੰਦਰ ਲੈ ਗਏ ਚਾਰ ਚੁਫੇਰੇ ਸੈਨਾ ਨੇ ਘੇਰਾ ਪਹਿਲੇ ਹੀ ਘਾਤ ਲਿਆ ਸੀ ਗਲ ਕੀ دیਵਾਨ ਜੀ ਦਾ ਮਿੱਠਾ ਬੋਲਣਾ ਤੇ ਰਾਜਨੀਤੀ ਦੀ ਵਿਚਾਰ ਐਸੀ ਪਈ ਕਿ ਹਾਕਮ ਨੇ ਲਾਹੌਰ ਦੀ ਤਾਬਿਆਦਾਰੀ ਮੰਨ ਲਈ ਔਰ ਇਕਰਾਰਨਾਮਾ ਲਿਖ ਕੇ ਟੱਕੇ ਭਰ ਦਿੱਤੇ ਪਿੱਛੋਂ ਪੁੱਛਣ ਲੱਗਾ ਕਿ ਉਹ ਜਾਸੂਸ ਮੈਨੂੰ ਮਿਲਾਓ ਜੋ ਮੈਨੂੰ ਐਉਂ ਬੇਬਸ ਕਰਕੇ ਬਿਨਾਂ ਇੱਕ ਟੇਪਾ ਲਊ ਦਾ ਵੀਟੇ ਦੇ ਆਪਾਸ ਲੈ ਆਇਆ ਹੈ ਮੈਂ ਇੱਕ ਪਿੰਡ ਇਨਾਮ ਉਸ ਲਾਇਕ ਬੁਰਖ ਨੂੰ ਦਿਆਂਗਾ ਪਰ ਦੀਵਾਨ ਨੇ ਸਿਰ ਫੇਰਿਆ ਕਿ ਉਹ ਤੁਹਾਡੇ ਸਾਹਮਣੇ ਨਹੀਂ ਆ ਸਕਦਾ ਗੱਲ ਕੀ ਉਹ ਮੁਹਿੰਮ ਸਿਰੇ ਚੜੀ ਦੀਵਾਨ ਜੀ ਦੀ ਬੜੀ ਪਤਵਦੀ ਕਿ ਇੱਕ ਬੂੰਦ ਲਹੂ ਦੀ ਵੀਟੇ ਬਿਨਾ ਫਤਿਹ ਕਰ ਆਇਆ ਸ਼ਹੀਦ ਦੀਪ ਸਿੰਘ ਬੋਲਿਆ ਇਹ ਕਾਰਨਾਮਾ ਭਾਰੀ ਰਾਜਨੀਤੀ ਤੇ ਤੇਜ ਪ੍ਰਤਾਪ ਦਾ ਹੈ ਲੱਖੂ ਮੂਰਖ ਵਿੱਚ ਇਹ ਸਿਫਤਾਂ ਨਹੀਂ ਹਨ ਉਹ ਤੇ ਗੋਸ਼ਾ ਤੇ ਅੜਬ ਹੈ ਵਿਨੋਦ ਸਿੰਘ ਇਸ ਮੁਹਿੰਮ ਮੁੜ ਆਉਂਦੇ ਦੀਵਾਨ ਨੇ ਇੱਕ ਅਚਰਜ ਨਿਯਾਮ ਕੀਤਾ ਹੈ ਕਿ ਇੱਕ ਜਠਾਣੀ ਪਾਸ ਮੈਂ ਤੇ ਇੱਕ ਦਰਾਣੀ ਪਾਸ ਭੇਡ ਸੀ ਜਠਾਣੀ ਤਾਂ ਵਿਜੁਕਤਣ ਸੀ ਨਾ ਦੁੱਧ ਬਚਦਾ ਨਾ ਮੱਖਣ ਤੇ ਦਰਾਣੀ ਨੇ ਭੇਡ ਦੇ ਦੁੱਧ ਵਿੱਚੋਂ ਮਣ ਕੱਚਾ ਮੱਖਣ ਜੋੜਿਆ ਉਹ ਮੱਖਣ ਜਠਾਣੀ ਨੇ ਚੁਰਾ ਕੇ ਵਰਤ ਲਿਆ ਜਾਂ ਦਰਾਣੀ ਨੂੰ ਪਤਾ ਲੱਗਾ ਤਾਂ ਲੜਾਈ ਹੋਈ ਹੁੰਦੇ ਹੁੰਦੇ ਸਰਕਾਰੇ ਪਹੁੰਚੇ ਹਾਕਮਾ ਪਾਸ ਗਏ ਪਰ ਸਭ ਨੇ ਇਹੋ ਕਿਹਾ ਕਿ ਮੈਂ ਵਾਲੀ ਭੇਡ ਵਾਲੀ ਦੀ ਕਦ ਚੋਰੀ ਕਰ ਸਕਦੀ ਹੈ ਔਰ ਭੇੜ ਤੇ ਮਣਮੱਖਣ ਪਰ ਕਿਸੇ ਅਕਲ ਵਾਲੇ ਨੇ ਮਕਦਮੇ ਦੀ ਖੋਜ ਹੀ ਨਾ ਕੀਤੀ ਜਾਂ ਇੱਕ ਦਿਨ دیਵਾਨ ਜੀ ਨੇ ਆਪਣੇ ਕਿਸੇ ਦੌਰੇ ਵਿੱਚ ਇਸ ਪਿੰਡ ਕੋਲ ਜਾ ਕੇ ਡੇਰਾ ਕੀਤਾ ਤਦ ਸੱਚੀ ਦਰਾਣੀ ਅਗ ਲੱਗੇ ਮਨ ਨਾਲ دیਵਾਨ ਪਾਸ ਨਿਆਕ ਰਾਉਣ ਆਈ دیਵਾਨ ਨੇ ਕਿਹਾ ਕਿ ਜਾਓ ਪਹਿਲਾਂ ਲਾਗਲੇ ਛੱਪੜ ਵਿੱਚੋਂ ਪੰਜ ਪੰਜ ਕੌਲ ਫੁੱਲ ਤੋੜ ਲਿਆਓ ਔਰ ਇੱਕ ਐਦੀਏ ਨੂੰ ਸਹਨਤ ਕਰਕੇ ਮਗਰ ਕਲਿਆ ਕਿ ਇਹਨਾਂ ਨੂੰ ਪੈਰ ਨਾ ਤੋਣ ਦੇਵੀਂ ਜਾਂ ਦੋਵੇਂ ਮੁੜ ਕੇ ਆਈਆਂ ਤਾਂ ਇੱਕ ਇੱਕ ਟਿੰਡ ਪਾਣੀ ਦੀ دیਵਾ ਕੇ دیਵਾਨ ਜੀ ਨੇ ਕਿਹਾ ਕਿ ਜਾਓ ਪੈਰ ਧੋ ਕੇ ਹਾਜ਼ਰ ਹੋ ਜਦ ਦੋਵੇਂ ਪੈਰ ਧੋ ਕੇ ਹਾਜ਼ਰ ਹੋਈਆਂ ਤਾਂ دیਵਾਨ ਜੀ ਨੇ ਦੋਹਾਂ ਦੇ ਪੈਰਾਂ ਵਲ ਗੋਨ ਨਾਲ ਤੱਕਿਆ ਤੇ ਹੁਕਮ ਦਿੱਤਾ ਕਿ ਭੇਡ ਵਾਲੀ ਸੱਚੀ ਹੈ ਤੇ ਮੈਂ ਵਾਲੀ ਝੂਠੀ ਹੈ ਆਪ ਦੇ ਇਸ ਫੈਸਲੇ ਪਰ ਸਭ ਹੈਰਾਨ ਹੋ ਗਏ ਜਿਹੜੇ ਭੇਤੀ ਸਨ ਸੋ ਜਾਣਦੇ ਸਨ ਕਿ ਭੇਡ ਵਾਲੀ ਸੱਚੀ ਹੈ ਸੋ ਉਸ ਇਲਾਕੇ ਵਿੱਚ ਆਪ ਦੇ ਨਿਆਂ ਦੀ ਬੜੀ ਧਾਕ ਹੋਈ ਦੀਵਾਨ ਜੀ ਨੇ ਪੈਰਾਂ ਨੂੰ ਤੱਕ ਕੇ ਨਿਆਉ ਇਸ ਤਰ੍ਹਾਂ ਕੀਤਾ ਕਿ ਭੇੜ ਵਾਲੀ ਦੇ ਪੈਰ ਬਿਲਕੁਲ ਸਾਫ਼ ਹੋ ਗਏ ਸਨ ਤੇ ਉਸ ਦੀ ਟਿੰਡ ਮੰਗਾ ਕੇ ਤੱਕੀ ਤਾਂ ਉਸ ਵਿੱਚ ਅਜੇ ਪਾਣੀ ਬਾਕੀ ਸੀ ਤੇ ਮਹਿ ਵਾਲੀ ਦੀ ਟਿੰਡ ਅਜੇ ਖਾਲੀ ਸੀ ਸਾਰਾ ਪਾਣੀ ਵਰਤ ਕੇ ਵੀ ਉਸ ਦੇ ਪੈਰਾਂ ਪਰ ਥਾਂ ਥਾਂ ਅਜੇ ਚਿਕੜ ਲੱਗਾ ਹੋਇਆ ਸੀ ਬਲਵੰਤ ਸਿੰਘ ਸੱਚੀ ਮੁੱਚੀ ਨਿਆਉ ਦੀ ਖੋਜ ਦਾ ਢੰਗ ਬੜਾ ਅਨੋਖਾ ਹੈ ਸੀ ਹਾਂ ਸੱਚੀ ਬినੋਦ ਸਿੰਘ ਜੀ ਇਹ ਦੱਸੋ ਕਿ ਉਹ ਰਸਦ ਪਾਣੀ ਹੋਣ ਸਾਡੇ پاس ਆਵੇ ਕੀ ਕੋਰ ਬినੋਦ ਸਿੰਘ ਮੈਂ ਤੇ ਬਿਜਲਾ ਸਿੰਘ ਇੱਕ ਹਤਕੰਡਾ ਕਰ ਆਇਆ ਹਾਂ ਉਹ ਇਹ ਕਿ ਬਿਜਲਾ ਸਿੰਘ ਰਾਉਲ ਬਣ ਕੇ ਲੱਖੂ ਨੂੰ ਜਾ ਕੇ ਮਿਲਿਆ ਤੇ ਸੰਗਲੀ ਛੱਟ ਕੇ ਬੋਲਿਆ ਕਿ ਖਾਲਸਾ ਅਜ ਰਾਤੀ ਦੱਖਣ ਰੁਖ ਹਲਾ ਕਰੇਗਾ ਔਰ ਅੱਧੀ ਰਾਤ ਨੂੰ ਲੱਖੂ ਨੇ ਅਜ ਸੈਨਾ ਦੱਖਣ ਰੁਖ ਇਕੱਠੀ ਕੀਤੀ ਹੈ ਔਰ ਮੋਰਚੇ ਬਣ ਕੇ ਉਦਾਲੇ ਤੋਪਖਾਨਾ ਵੀ ਉਸਨੇ ਬੀੜਿਆ ਹੈ ਉਤੋਂ ਰੁਖੋਂ ਸੈਨਾ ਖਿੱਚ ਕੇ ਨੂੰ ਵਧੇਰੇ ਇਕੱਠੀ ਕੀਤੀ ਗਈ ਹੈ ਸੋ ਹੁਣ ਛੰਬ ਦੇ ਕੰਡੇ-ਕੰਡੇ ਅਦ ਮੀਲ ਤੋਂ ਵਧੇਕ ਵਿਥ ਪੈ ਗਈ ਹੈ ਜੇਕਰ ਖਾਲਸਾ ਹਿੰਮਤ ਕਰਕੇ ਆਂਦੇ ਬੋਰੇ-ਬੋਰੀਆਂ ਹਾਥੋਂ-ਹਾਥੀ ਚੁੱਕ ਲਿਆਵੇ ਤਾਂ ਸੋਝਲੇ ਤੋਂ ਅੱਗੇ ਬੰਨ ਵਿੱਚ ਸਭ ਕੁਝ ਅਪੜ ਪਾਉ ਅਰ ਦਿਨ ਹੋਏ ਉਹ ਬਾਣੀਆਂ ਲੱਖੂ ਅੱਗੇ ਜਾ ਫਰਿਆਦ ਕਰੂ ਕਿ ਸਿੱਖਾਂ ਮੈਨੂੰ ਲੁੱਟ ਲਿਆ ਹੈ ਏਕੁਰ ਦੀਵਾਨ ਕੋੜਾ ਮਲ ਤੇ ਕਿਸੇ ਨੂੰ ਸ਼ੱਕ ਨਾ ਪਾਉ ਸਾਨੂੰ ਹੁਣ ਇਹ ਚਾਲ ਚਲਣੀ ਚਾਹੀਏ ਕਿ ਜਿਸ ਤੋਂ ਲੱਖੂ ਨੂੰ ਸ਼ੱਕ ਪੈ ਜਾਏ ਕਿ ਖਾਲਸੇ ਦਾ ਰੁਖ ਦੱਖਣਵਾਨੇ ਪੈ ਰਿਹਾ ਹੈ ਤੇ ਅੱਧੀ ਰਾਤ ਵੇਲੇ ਇੱਕ ਟੋਲਾ ਦੱਖਣ ਰੁਖ ਜਾ ਕੇ ਬੰਨ ਵਿੱਚੋਂ 10-5 ਬੁਛਾੜਾ ਗੋਲੀਆਂ ਦੀਆਂ ਦੇ ਕੇ ਪਿੱਛੇ हट ਜਾਵੇ ਇੱਕ ਤਾਂ ਰਾਵਲ ਦਾ ਕਹਿਣਾ ਸੱਚ ਹੋ ਜਾਊ ਦੂਜੇ ਲੱਖੂ ਦਾ ਗੋਲਾ ਬਾਰੂਦ ਵਿਅਰਥ ਜਾਊ ਤੀਸਰੇ ਅਜ ਬਿਜਲਾ ਸਿੰਘ ਨੇ ਉਸ ਤੰਬੂ ਨੂੰ ਅਗਲਾ ਔਣੀ ਹੈ ਜਿਸ ਵਿੱਚ ਮਤਾਬ ਰਹਿੰਦੇ ਹਨ ਉਹ ਫਿਰ ਪਹਿਲੇ ਹੀ ਫੂਕੇ ਜਾਣਗੇ ਜੁਦ ਵੇਲੇ ਹੋਊ ਹਨੇਰਾ ਕੋ ਇਸ ਲਈ ਵੈਰੀ ਸਜਣ ਮਿੱਤਰ ਨਾ ਪਛਾਣ ਸਕਣਗੇ ਅਰ ਕਈ ਉਸ ਵੇਲੇ ਆਪੋ ਵਿੱਚ ਕਟ ਮਰਨਗੇ ਬినੋਦ ਸਿੰਘ ਦੀ ਇਹ ਜੰਗ ਦੀ ਚਾਲ ਤੇ ਵਿਉਣ ਸਭ ਨੇ ਸਲਾਹੀ ਇਕ ਟੋਲਾ ਤਾਂ ਦੱਖਣ ਰੁਖ ਜੰਗਲੋ ਜੰਗਲ ਤੁਰਿਆ ਇਸ ਜਥੇ ਨੇ ਇਸ ਆੜ ਤੇ ਆੜ ਦੇ ਟਿਕਾਣੇ ਰਹਿ ਕੇ ਵਾਰ ਝਾੜੀ ਸ਼ਤਰੂ ਜਾਗ ਹੀ ਰਹੇ ਸਨ ਆ ਗਏ ਆ ਗਏ ਦਾ ਰੋਲਾ ਮਚ ਗਿਆ ਇਹਨਾਂ ਨੇ ਕੁਚਿਰ ਚੁੱਪ ਰਹਿ ਕੇ ਫਿਰ ਇੱਕ ਸ਼ਨਕ ਬੰਦੂਕਾ ਦੀ ਛੱਡੀ ਤੇ ਉਧਰ ਦਾ ਮੱਠਾ ਹੁੰਦਾ ਰੋਲਾ ਫਿਰ ਚਮਕ ਪਿਆ ਇਸ ਤਰ੍ਹਾਂ ਵਹਿਰੀਆਂ ਵਿੱਚ ਖਲਬਲੀ ਮਚਾਉਂਦੇ ਸਹਰਾ ਰੁਖ ਉਸ ਪਾਸੇ ਕਰੀ ਰੱਖਿਆ ਤੇ ਆਪ ਬਾਹਰ ਹੋ ਕੇ ਨਾ ਲੜੇ ਉਧਰ अनेका ਸਿੰਘ ਸੰਨਦਬਦ ਹੋ ਛਬਦੇ ਕੰਡੇ-ਕੰਡੇ ਵਹੀਰ ਪਾ ਰਾਤੋਂ ਰਾਤ ਖਾਣਾ ਦਾਣਾ ਲੈ ਕੇ ਆਪਣੇ ਬਨਰੂਪੀ ਘਰੇ ਵਿੱਚ ਜਾਵੜੇ ਦਿਨ ਹੋਏ ਲੱਖੂ ਨੇ ਆਪਣੇ अनेका ਸਿਪਾਈ ਮੋਏ ਡਿੱਠੇ ਤੇ ਬਾਣੀਆਂ ਦੇ ਲੁੱਟੇ ਜਾਣ ਦਾ ਮੁਕਦਮਾ ਵੀ ਪੇਸ਼ ਹੋ ਗਿਆ ਗਲ ਕੀ ਦੀਵਾਨ ਕੋੜਾ ਮਲ ਦੇ ਘੜੇ ਹੋਏ ਅਨ ਨਾਲ ਖਾਲਸੇ ਦੇ ਕਈ ਦਿਨ ਚੰਗੇ ਲੰਗੇ ਹੁਣ ਫਿਰ ਲੰਗਰ ਮਸਤਾਨਾ ਹੋ ਗਿਆ अनेका ਸਲਹਾ ਸੋਚਣ ਰਾਤਾਂ ਫਿਕਰਾਂ ਦੇ ਬੰਨ ਨੂੰ ਬੰਨਣ ਦੀਆਂ ਯੁਕਤਾ ਸੋਚਦਿਆਂ ਵੀ ਤਣ ਪਰੰਤੂ ਕੋਈ ਰਾਹ ਨਾ ਨਿਕਲੇ ਹੁਣ ਲੱਖੂ ਨੇ ਜੰਗਲ ਕਟਵਾ ਲਏ ਕਈ ਥਾਂ ਚਲ ਸਾੜੇ ਤੇ ਸੇਧਾ ਕਰ ਕਰ ਤੋਪਾਂ ਚਲਾਵੇ ਭਾਈ ਰਤਨ ਸਿੰਘ ਜੀ ਪੰਗੂ ਕਰਤਾ ਪਰਾਚੀਨ ਪੰਥ ਪ੍ਰਕਾਸ਼ ਲਿਖਦੇ ਹਨ ਤਬੇ ਦੀਵਾਨ ਬਿਲਦਾਰ ਬੁਲਾਏ ਵਿਕਟ ਠੇਰ ਤਹ ਰਾਹ ਬਨਵਾਏ ਚੱਲ ਗਾੜੇ ਤੈਫੂਕ ਜਲਾਵੇ ਸੇ ਤਰੇ ਤੁਰ ਤੋਪ ਚਲਾਵੇ ਤਤਪ ਸਿੰਘਨ ਕੇ ਬਹੁਤ ਸਤਾਇਆ ਖਾਣੇ ਨੂੰ ਕੁਛ ਹੱਥ ਨਾ ਆਇਆ ਭੁੱਖੇ ਹੋਏ ਸਿੰਘ ਆਗੇ ਤੁਰੇ ਚਾਲੋਂ ਬਾਰ ਸਿੰਘ ਨਿਕਰੇ ਛੇਕੜ ਜੰਗ ਦੇ ਢਾਈ ਫਟ ਸੋਚ ਕੇ ਖਾਲਸੇ ਨੇ ਫੈਸਲਾ ਕੀਤਾ ਕਿ ਭੁੱਖ ਦੇ ਹੱਥੋਂ ਮਰਨ ਨਾਲੋਂ ਹੁਣ ਲੜਦੇ ਭੜਦੇ ਨਿਕਲ ਚਲੇ ਇਹ ਠਾਣ ਕੇ ਇੱਕ ਦਿਨ ਅੱਧੀ ਰਾਤ ਨੂੰ ਸਾਰਾ ਖਾਲਸਾ ਉੱਪਰ ਨੂੰ ਟੁਰ ਪਿਆ ਔਰ ਸੂਰਜ ਚੜਨ ਤੋਂ ਅੱਗੇ ਪਹਾੜਾਂ ਵੱਲ ਨਿਕਲ ਗਿਆ ਲੱਖੂ ਨੇ ਵੀ ਇਧਰੋਂ ਸਿੱਖਾਂ ਦਾ ਪਿੱਛਾ ਨਾ ਛੱਡਿਆ ਤੇ ਉਧਰ ਪਹਾੜੀ ਰਾਜਿਆਂ ਨੂੰ ਟਾਕਰਾ ਕਰਨ ਲਈ ਲਿਖਾ ਲਿਆ ਸਿੰਘ ਹਣ ਪਹਾੜਾਂ ਦੇ ਰੋਹ ਹੋ ਗਏ ਕੋਈ ਝੱਲਾਂ ਵਿੱਚ ਉਰਾਰ ਕੋਈ ਪਾਰ ਓਟਾਂ ਲੈੰਦੇ ਰਾਵੀ ਦੇ ਕੰਡੇ ਜਾ ਪੁੱਜੇ ਹੱਲਾਸ਼ੇਰੀ ਕਰਕੇ ਸਿੰਘ ਦਰਿਆਵਾਂ ਪਾਰ ਹੋ ਗਏ ਪਾਰ ਸਿੰਘ ਅੱਗੇ ਵਧੀ ਜਾਣ ਇਧਰ ਤੁਰਕ ਸੈਨਾ ਮਗਰੋਂ ਮਗਰ ਉਰਾਰ ਵਦੀ ਜਾਵੇ ਸਿੰਘਾਂ ਨੂੰ ਡੇਰਾ ਨਾ ਕਰਨਾ ਮਿਲੇ ਨੈ ਡੇਰੇ ਸਿੰਘ ਕਰਨਾ ਮਿਲੇ ਕਹੂੰ ਰਤਾ ਕਹੂੰ ਦਿਨ ਹੂ ਚੱਲੇ ਨੈ ਸਿੰਘ ਨਾ ਕਿਛ ਰਿਓ ਪੱਲੇ ਭਾਰ ਬਰਦਾਰੀ ਬਿਨ ਕਿਆ ਚੱਲੇ ਗੋਲੀਦਾਰੂ ਕਹੂੰ ਪਹੁੰਚੇ ਨਹੀਂ ਕਸੋਂ ਸਿੰਘ ਸੋ ਕਰੇ ਲੜਾਈ ਸ਼ਸਤਰ ਕਾਟਤ ਖੁੰਡ ਹੋਏ ਰਾਤ ਦਿਵਸ ਸਿੰਘ ਨਾਹੀ ਸੋਏ ਗਈ ਕਮਾਨ ਟੁੱਟ ਸੋ ਚਲਦੀ تیر مکے پھر ملے نہ پگتی نیزے فلرے دشمن تن میں کارو لبے سو ناہی بن میں بن دانے پائے کوڑے مارے بن بستر تن توپ سو ساڑے آٹا دانا نہیں کیا کھامے پانی بھی ہاتھ نہ آوے دوئرہ آدھی موت مسافری ساری موت سو پکھ اوے آئے دو ملی اے بھے و خال سے دکھ ان سکھاں پہاڑ تک آئے کہ اگے ہندو ہن ਸਾਨੂੰ ਸੁਖ ਦੇਣਗੇ ਬਸੌਲੀ ਵੱਲ ਨੂੰ ਤੁਰ ਪਏ ਕੁਛ ਸਿੰਘ ਬਸੌਲੀ ਪੁੱਜੇ ਪੰਗੂ ਜੀ ਲਿਖਦੇ ਹਨ ਅੱਗੇ ਬਸੌਲੀ ਬਹੁ ਪਰਬਤੀ ਜੁੜੇ ਸਿੰਘ ਨਾ ਸਮਝੀ ਹੰਵਲ ਕਰੇ ਕਈ ਸਿੰਘ ਜਾਂ ਤਿੰਨ ਮੇ ਰਲੇ ਤਬ ਤਿੰਨ ਤੁਰਤ ਸੁਧੀ ਨੇ ਮਾਰ ਇਸ ਤਰ੍ਹਾਂ ਜੋ ਸਿੰਘ ਪੜਲ ਕਠੂਏ ਵੱਲ ਗਏ ਸਨ ਉਹ ਵੀ ਲੁੱਟੇ ਕੁੱਟੇ ਗਏ ਜੋ ਬੱਚੇ ਪਛਤਾ ਕੇ ਮੁੜੇ ਤਾਂ ਚਾਰ ਚਫੇਰਿਓਂ ਬਲਾ ਵਿੱਚ ਘਿਰ ਗਏ ਅੱਗੋਂ ਤਾਂ ਪਹਾੜੀ ਰਾਜੇ ਰਾ ਰੋਗ ਬੈਠੇ ਪਿੱਛੇ ਇੱਕ ਲਾਮ ਵੱਲੋਂ ਲੱਖੂ ਦੀ ਟਿੱਡੀ ਦਲ ਸੈਨਾ ਦੂਜੇ ਲਾਂਬੇ ਹੁਣ ਜਲ ਭਰੀ ਨਦੀ ਆਪਣੇ ਪੂਰੇ ਬਲ 'ਤੇ ਠਾਠਾ ਮਾਰਦੀ ਵਹਿ ਰਹੀ ਸੀ ਇਸ ਵੇਲੇ ਖਾਲਸੇ ਨੂੰ ਕੁਝ ਨਾ ਔੜੇ ਕਿ ਹੁਣ ਕੀ ਬੰਦੋਬਸਤ ਕੀਤਾ ਜਾਏ ਹੱਲਾ ਕਰਕੇ ਸਿੱਧਾ ਪਹਾੜੀਆਂ ਦਾ ਇੱਕ ਮੋਰਚਾ ਤੋੜਿਆ ਕੁਝ ਸਿੰਘਾਂ ਨੇ ਇਹ ਹੌਸਲਾ ਕੀਤਾ ਕਿ ਪਹਾੜਾਂ ਦੇ ਉੱਪਰ ਚੜ ਚਲੀਏ ਪਰ ਪਹਾੜ ਅਜੇ ਹੀ ਤਿੱਖੇ ਸਨ ਕਿ ਬਹੁਤ ਜਣੇ ਡਿੱਗੇ ਔਰ ਮੋਏ ਪਰ ਫਿਰ ਵੀ ਅਨੇਕਾਂ ਨੇ ਪੈਦਲ ਇਹ ਹਿੰਮਤ ਕੀਤੀ ਤੇ ਜੜਾਂ ਬੂਟੀਆਂ ਨੂੰ ਫੜ-ਫੜ ਕੇ ਭਾਰੀ ਬੰਨਾਂ ਵਿੱਚ ਚੜ ਗਏ। ਇੱਕ ਹੋਰ ਜਥੇ ਨੇ ਹਿੰਮਤ ਕਰਕੇ ਫੌਜ ਜੱਗੇ ਕੀਤੀ ਔਰ ਨਦੀ ਦੇ ਕਿਨਾਰੇ ਪਹੁੰਚ ਕੇ ਘੋੜੇ ਦਰਿਆ ਵਿੱਚ ਠਲ ਦਿੱਤੇ। ਪਰ ਮੰਦੇ ਭਾਗਾ ਨੂੰ ਨਦੀ ਇਸ ਵੇਲੇ ਹੜ ਨਾਲ ਉਛਲ ਰਹੀ ਸੀ। ਵਹਿਣ ਦੇ ਜ਼ੋਰ ਨੂੰ ਘੋੜੇ ਨਾ ਸਹਾਰ ਕੇ ਬਹਾਦਰਾਂ ਨੂੰ ਰੋੜ ਲੈ ਚੱਲੇ। ਇਸ ਜਤਨ ਵਿੱਚ ਸਰਦਾਰ ਗੁਰਦੇਵਾਲ ਸਿੰਘ ਜੇ ਬਹਾਦਰ ਜਦ ਡੁੱਬ ਗਏ। ਤਦ ਕਿਸੇ ਨੇ ਫਿਰ ਦਰਿਆ ਦੇ ਠੱਲਣ ਦਾ ਹੌਸਲਾ ਨਾ ਕੀਤਾ ਸੌਰਾ ਦਿਨ ਦਵੱਲੀ ਪਹਾੜੇ ਰਾਜਿਆਂ ਤੇ ਲਖਪਤੀਆਂ ਨਾਲ ਜੁੱਧ ਕਰਦੇ ਰਹੇ ਦੁਸ਼ਮਣਾਂ ਦੀਆਂ ਤੋਪਾਂ ਅਰ ਗੋਲੇ ਬਾਰੂਦ ਨੇ ਵੱਡਾ ਨੁਕਸਾਨ ਕੀਤਾ ਇਹਨਾਂ ਵੀਰਾਂ ਪਾਸ ਜੁੱਧ ਦਾ ਸਮਾਨ ਵੀ ਥੜ ਚੁਕਾ ਸੀ ਕੇਵਲ ਧਰਮ ਦੀ ਆਨ ਸੀ ਜੋ ਇਸ ਵੇਲੇ ਇਹਨਾਂ ਨੂੰ ਦੁਤਾਰੀ ਤਲਵਾਰਾਂ ਦੇ ਮੁਕਾਬਲੇ ਵਿੱਚ ਡੋਲਣ ਨਹੀਂ ਦਿੰਦਾ ਸੀ ਜਦ ਹਰ ਘੜੀ ਦਲ ਦਾ ਕੰਗਾ ਹੁੰਦਾ ਡਿੱਠਾ ਤੇ ਵੈਰੀ ਦਲ ਦਾ ਜ਼ੋਰ ਪੈ ਗਿਆ تد جتھے دار نے خالسا نلاح کر کے کیا سب ہٹو پیچھے خالص جی باندھ کر سب گول ایک وار وٹ کسیس بسوے بیس ہلہ بول بل تار اسو ودائک کے دل لکھے ترکی تائے جو نکس جی ہیں رام ل مرے گرپرج اس سلانو من کے خالص کھنڈا کار شکل وچ کٹھا ہو کے ایوں کہردہ حلہ کر کے پیا ਕਿ ਤੁਰਕੀ ਸੈਨਾ ਦੇ ਸੀਨੇ ਕੰਬਾ ਦਿੱਤੇ ਜਿਕਰ ਤੋਰੀਆਂ ਦੀਆਂ ਵੇਲਾਂ ਨਾਲ ਭਰਪੂਰ ਖੇਤ ਵਿੱਚ ਦੀ ਮੋਰ ਪਤਿਆਂ ਨੂੰ ਚੀਰਦੇ ਨਿਕਲ ਜਾਂਦੇ ਹਨ ਤਵੇਂ ਖਾਲਸੇ ਨੇ ਬোলਬਾਲਾ ਕੀਤਾ ਕਹਿਰ ਜਿਉਂ ਪਪਕਾਰ ਦਿੱਤੇ ਉਤ ਸਿੰਘ ਉਤ ਸਿੰਘ ਪਰੇ ਦਸਮੰਸ ਕਿਦਾਈ ਸਿੰਘ ਸ਼ਹੀਦ ਜਹਾਂ ਸਭ ਹੋਮਨ ਤੁਰਕ ਲਰੈ ਨੇ ਜਾਨ ਬਚਾਈ ਮਾਰ ਸਥਾਰ ਕਰੇ ਤਲਵਾਰ ਅਣਖੋਜ ਫਿਰੇ ਲਖੂ ਦੁਸ਼ਟ ਕੇ ਤਾਈ ਰੌਖਤ ਸਿੰਘਨ ਕੋ ਗੁਰਿਓਂ ਜਿਮਦਾਂਤਨ ਪਾਂਦ ਨ ਜੀਭ ਰਹੀ ਇਸ ਵਿਦ ਇੱਕ ਪਾਰੀ ਕਮਸਾਨ ਮਚ ਗਿਆ ਚੰਦ ਜੀ ਕੋ ਪਰਵਾਰ ਵਿਖੇ ਹੁੰਦਾ ਹੈ ਇੱਕ ਔਰ ਸਿੰਘ ਵੈਰੀਆਂ ਵਿੱਚ ਘਿਰ ਗਏ ਪਰ ਕੀ ਸੂਰਬੀਰਤਾ ਨਾਲ ਟਾਕਰਾ ਕਰਦੇ ਰਹੇ ਜਸਾ ਸਿੰਘ ਜਥੇਦਾਰ ਦੇ ਪੇਟ ਵਿੱਚ ਗੋਲੀ ਲੱਗੀ ਪਰ ਕੀ ਮਜਾਲ ਕੇ ਹੌਸਲਾ ਹਾਰੇ ਹਾਨੇ ਨਾਲ ਪਟ ਨੂੰ ਬਨ ਕੇ ਜੰਗ ਵਿੱਚ ਉਸੇ ਤਰ੍ਹਾਂ ਲੜਦਾ ਰਿਹਾ ਮਨੁਸ਼ਟ ਲੱਗੀ ਨਹੀਂ ਇੱਕ ਪਾਸੇ ਫੈਜ਼ਲ ਖਾਨਾ ਮੇ 12 ਹਜ਼ਾਰੀ ਸਰਦਾਰ ਸਿਖਾਂ ਦੇ ਆਹੂ ਲਾਰਿਆ ਸੀ ਸਰਦਾਰ ਕਪੂਰ ਸਿੰਘ ਨੇ ਤੱਕ ਕੇ ਇਸਵਲ ਕਮਾਂ ਦੀ ਸ਼ਿਸ਼ਤ ਬੱਦੀ ਇਸ ਦਸ਼ਾ ਨੂੰ ਦੇਖ ਕੇ ਇੱਕ ਤੁਰ ਤਲਵਾਰ ਤੋਕੇ ਉਸ ਪਰ ਪਿਆ ਪਰ ਇਸ ਦੁਸ਼ ਦੇ मंसूਬੇ ਨੂੰ ਸੁੰਦਰੀ ਨੇ ਤਾਲ ਲਈ ਤਾਸੀ ਘੋੜੇ ਨੂੰ ਅੱਡੀ ਲਾ ਉਸ ਨੂੰ ਆਨ ਵਿੱਚ ਹੀ ਤਲਵਾਰ ਦੇ ਵਾਰ ਨਾਲ ਕਾਇਲ ਕਰਕੇ ਘੋੜਿਆਂ ਥੱਲੇ ਮਾਰਿਆ ਉਧਰੋਂ ਨਵਾਬ ਕਪੂਰ ਸਿੰਘ ਦੀ ਸ਼ਿਸ਼ਤ ਠੀਕ ਬੈਠੀ ਫੈਜ਼ਲ ਖਾਨ ਪਾਰ ਬੋਲਿਆ اس پرکار جانا توڑ توڑ کے لڑدیاں پارت بھومی دے مکتی نو رات پہ گئی یتھا پیو کلوکارا پارا کہر کہارا گے جے ہزاراں ترکن کو کائے کہ یابد کرت جنگ لرت پرت سنگھ مارت مرت بہ ہول حال پائے کے دہوں دسترک پہاڑیے لرت جائیں مددل سنگن کا چلیو تب تائے یابد لرت گئے لاگ دوئی ਤਿੰਨ ਕੋ ਸੂਰਜ ਅਬਾਇਓ ਛਿਓ ਅੰਧਕਾਰ ਆਏ ਕੈ ਜਾਂ ਰਾਤ ਹੋ ਗਈ ਵੈਰੀਆਂ ਦੇ ਦਲ ਨੇ ਬਿਸਰਾਮ ਕੀਤਾ ਸਿੰਘ ਵੀ ਇਕ ਲਾਂਬੇ ਡੇਰੇ ਲਾ ਬੈਠੇ ਰਹੇ ਖਏ ਸਿੰਘ ਭੁੱਲੇ ਪਟਕੇ ਸਭ ਉਥੇ ਬੇਲੇ ਵਿੱਚ ਕਿ ਜਿੱਥੇ ਸੁੱਖਾ ਸਿੰਘ ਜੀ ਪੁੱਜ ਗਏ ਸੇ ਇਕੱਠੇ ਹੋ ਗਏ ਪਰ ਹਾਇਸ਼ੋ ਸਾਰੇ ਰਾਤ ਦਿਨ ਦਾ ਕਠਨ ਯੁੱਧ ਜਿਸ ਵਿੱਚ ਹਜ਼ਾਰਾਂ ਮਾਰੇ ਗਏ ਅਣਗਿਣਤ ਜ਼ਖਮੀ ਹੋਏ ਪੇਟੋਂ ਭੁੱਖੇ ਦਿੰਦੇ ਤੱਕੇ ਟੁੱਟੇ ਘਾਉ ਚੀਸਾਂ ਮਾਰਦੇ ਹਨ ਜ਼ਖਮ ਤਰਾਟਾਂ ਖਾਂਦੇ ਹਨ ਫਿਰ ਅਜੇ ਅਬਦਾ ਸਿਰਤੇ ਹੈ ਪਰ ਵਾ ਅਮਰਤਾਰੀ ਸਿੰਘ ਹਾਏ ਦੀ ਆਵਾਜ਼ ਨਹੀਂ ਨਿਕਲਦੀ ਬਾਣੀਆਂ ਦੇ ਪਾਠ ਤੇ ਵਾਇਗਰੂ ਸ਼ਬਦ ਦਾ ਉਚਾਰਨ ਹੋ ਰਿਹਾ ਹੈ ਇਸ ਵੇਲੇ ਸੁੰਦਰੀ ਧਰਮਕੌਰ ਮਾਈ ਸਦਾ ਬੀਰਾਂ ਧੰਮੋ ਆਦਿਕ ਸਾਰੀਆਂ ਸਿੰਘਣੀਆਂ ਫਟੇ ਹੋਏ ਭਰਾਵਾਂ ਦੇ ਕਾਵਾਂਪੁਰ ਤੇਲ ਤੇ ਮਲਮ ਦੇ ਫਹਿ ਰੱਖ ਰੱਖ ਕੇ ਪਟੀਆਂ ਬਨ ਰਹੀਆਂ ਹਨ ਹਰ ਇੱਕ ਸਿੰਘ ਇੱਕ ਦੂਜੇ ਦੀ ਲੋੜ ਪੂਰੀ ਕਰਨ ਦੇ ਯਤਨ ਵਿੱਚ ਹੈ ਇੱਥੇ ਇੱਕ ਪਿੰਡ ਨਜ਼ਰੀ ਪੈ ਗਿਆ ਇਸ ਪਰ ਹੱਲਾ ਕਰਕੇ ਖਾਲਸੇ ਨੇ ਕੁਝ ਖਾਧਾ ਪੀਤਾ ਤੇ ਕੁਝ ਆਰਾਮ ਕੀਤਾ ਸੀ ਕਿ ਸਰਦਾਰ ਸ਼ਾਮ ਸਿੰਘ ਤੇ ਜਸਾ ਸਿੰਘ ਨੇ ਜੋ ਅਜੇ ਕੋੜਿਆਂ ਪਰ ਹੀ ਸਨ ਪੰਥ ਨੂੰ ਸਲਾਹ ਦਿੱਤੀ ਕਿ ਸਾਰੇ ਜ਼ਖਮ ਆਕੜ ਜਾਣਗੇ ਭੁੱਖ ਦਾ ਦਬਾਅ ਨਿਰਬਲ ਕਰ ਦੇਉ ਤੇ ਸਵੇਰੇ ਵੈਰੀ ਸਾਨੂੰ ਹਾਥੋਂ ਹੱਥ ਮੁਕਾ ਦੇਉ ਲਕ ਬਨੋ ਤਾਂ ਐਸ ਵੇਲੇ ਤਤੇ ਕਾਉ ਨਿਕਲ ਚਲੀ ਇਹ ਸਲਾ ਪਕਾ ਖਾਲਸੇ ਨੇ ਅੱਧੀ ਰਾਤ ਵੇਲੇ ਫਿਰ ਚੜ੍ਹਾਈ ਕੀਤੀ ਤੁਰਕਾਂ ਦੀ ਸੈਨਾ ਕੁਝ ਸੂਪਾ ਕੇ ਮਗਰ ਆਈ ਪਰ ਜੋ ਚਾਲ ਵਿੱਚ ਵੜਿਆ ਸਿੰਘਾਂ ਮਾਰ ਲਿਆ ਤੇ ਜੋ ਝੱਲੋਂ ਬਾਹਰ ਨਿਕਲੇ ਉਹਨਾਂ ਮਾਰ ਲਿਆ ਹੁਣ ਖਾਲਸੇ ਨੇ ਮਤਾ ਪਕਾਇਆ ਕਿ ਇੱਠਾਂ ਨੂੰ ਨੱਠਦੇ ਚੱਲੋ ਪਰ ਵੈਰੀ ਨਾਲ ਡਟ ਕੇ ਲੜਦੇ ਪੈਰ ਪਿੱਛੇ ਪਾਈ ਚੱਲੋ ਇਸ ਤਰ੍ਹਾਂ ਖਾਲਸਾ ਦਲ ਝੱਲਾਂ ਦੀ ਆੜ ਵਿੱਚ ਇੱਠਾਂ ਨੂੰ ਵੱਧਾ ਦਿਨ ਹੋਣ ਤੋਂ ਅੱਗੇ ਅੱਗੇ ਇੱਕ ਸਿੰਘ ਨੇ ਚਾਲ ਵਿਖੇ ਤਾਸ ਗਿਆ ਤੇ ਜਾ ਬਿਸ਼ਰਾਮ ਕੀਤਾ ਪਰ ਮਗਰੋਂ ਮਗਰ ਲਖਪਤ ਇੱਥੇ ਵੀ ਆ ਪਹੁੰਚਿਆ ਪਹਿਲਾਂ ਤਾਂ ਚਲਦੇ ਬਾਹਰ ਡੇਰਾ ਕੀਤਾ ਪਰ ਫਿਰ ਇੱਕ ਢੋਲ ਸੋਚੀ ਵਗਾਰੀ ਲੋਕ ਫੜ ਕੇ ਅਤੇ ਦੇਸ਼ ਦੀ ਰૈયਤ ਲਾਲਚ ਦੇ ਕੇ ਇਕੱਠੀ ਕੀਤੀ ਤੇ ਬੰਦੂਕਾਂ ਤੇ ਸੋਲੇ ਦੇ ਕੇ ਚਾਲ ਵਿੱਚ ਵਾਰ ਦਿੱਤੇ ਕਿ ਤੁਸੀਂ ਸਿੰਘਾਂ ਨੂੰ ਲੁੱਟ-ਕੁੱਟ ਲਓ ਤੇ ਮਾਰ ਦਿਓ ਉਹ ਬੇਲੇ ਵਿੱਚ ਜਾ ਵੜੇ ਤੇ ਲੱਗੇ ਤੰਕਰਾਂ ਹੁਣ ਸੁੱਖਾ ਸਿੰਘ ਨੇ ਕਿਹਾ ਕਿ ਭਾਈ ਹੈ ਤਾਂ ਇਹ ਮੁਲਖਿਆ ਪਰ ਸ਼ਸਤਰ ਲੈ ਕੇ ਆ ਪਿਆ ਹੈ ਹੁਣ ਅੱਗੋਂ ਚੁੱਪ ਕੀਤੀ ਤਾਂ ਮਾਰੇ ਜਾਵਾਂਗੇ ਇਹਨਾਂ ਨਾਲ ਜੁਦ ਰਜਾ ਸੋ ਇੱਕ ਤੁਲਵਾ ਹਲਾ ਜਦ ਬੋਲਿਆ ਤਾਂ ਸਭ ਉੱਠ ਪਾ ਜੇ ਤੇ ਖੇੜਾ ਛੁੱਟ ਗਿਆ ਉਹਨਾਂ ਦੇ ਸ਼ਸਤਰ ਤੇ ਘੋੜੇ ਖਾਲਸੇ ਦੇ ਹੱਥ ਬਹੁਤ ਆਏ ਅੱਗੇ ਰਾਮੇ ਦਾ ਇਲਾਕਾ ਆ ਗਿਆ ਉਹ ਖਾਲਸੇ ਦਾ ਵੈਰੀ ਸੀ ਸੋ ਦਰਿਆ ਟਪਣਾ ਹੀ ਉਸ ਵੇਲੇ ਦਨਾਈ ਸੀ ਉੱਥੇ ਫਿਰ ਖਾਲਸੇ ਨੇ ਦੰਬਾਂ ਦੇ ਤੁਲੇ ਬਣਾ ਕੇ ਉਪਰਾਲੇ ਕਰ ਕਰਕੇ ਦਰਿਆ ਟਪਿਆ ਦੋ ਚਾਰ ਕਾੜੀਆਂ ਪਾਰ ਠਹਿਰ ਕੇ ਪਿਛਲਿਆਂ ਨੂੰ ਨਾਲ ਮੇਲ ਲਿਆ ਪਰ ਜੋ ਹੋਰ ਮਗਰੋਂ ਆਏ ਕਈ ਨਦੀ ਵਿੱਚ ਰੁੜੇ ਹੁਣ ਖਾਲਸਾ ਇਸ ਪਾਰ ਖੁੱਲੇ ਦੇਸ਼ ਵਿੱਚ ਆ ਗਿਆ ਪਰ ਅੱਗੇ ਦਰਿਆ ਦੀ ਬਰੇਤੀ ਤਪ ਰਹੀ ਸੀ ਦੁਖੀ ਖਾਲਸਾ ਮਾਰੂ ਥੱਲੇ ਵਿੱਚ ਖਾਬੂ ਆ ਗਿਆ ਪਿੰਡੇ ਨੂੰ ਝੁਲਸਣੇ ਵਾਲੀ ਲੂ ਵਗੇ ਪੈਰਾਂ ਨੂੰ ਲੂਹਣ ਵਾਲੀ ਰੇਤ ਠਾਠਾ ਮਾਰਦੀ ਦਿਸੇ ਬ੍ਰਿਜ ਬੂਟੇ ਦਾ ਮੁਸ਼ਕ ਨਾ ਲੱਭੇ ਸਵਾਰ ਤਾਂ ਅੱਗੇ ਤੁਰੇ ਜਾਣ ਪੈਦਲਾਂ ਦਾ ਬੁਰਾ ਹਾਲ ਔਰ ਜਿਨ੍ਹਾਂ ਦੀਆਂ ਜੁੱਤੀਆਂ ਵੀ ਗਵਾ ਚੁੱਕੀਆਂ ਸਨ ਉਹਨਾਂ ਲਈ ਤਾਂ ਮੌਤ ਆ ਟੁਕੀ ਕੱਪੜੇ ਪਾੜ ਪਾੜ ਪੈਰਾਂ ਨੂੰ ਬੰਨਣ ਭਰਾਵਾਂ ਨਾਲ ਕੋਈ ਪੈਦਲ 10 ਕਦਮ ਕੋੜੇ ਤੇ ਚੜੇ ਫਿਰ ਦੂਸਰਾ ਭਰਾ ਚੜੇ ਇਸ ਤਰ੍ਹਾਂ ਦੁੱਖ ਆਪੋ ਵਿੱਚ ਵਣਦੇ ਸਾੜੇ ਜੇ نا شکریاں ظلم تو چھڑاون لئی اپنے شریر پر کشت چل کے بہادر پر دکھا نال پیڑت سنگھ ریتان تھلان لگ لے یھا پانت پرکاش فار فار کپرے تن کے رے بادے نج نج پگن چفیری تین بھی جروں چرن اتگو رے چل چلا آگے دورے اگ تکھا کر پے لاچاری کام پرے اوپر تے پاری یا بد پائے کے تی ਦਲ ਸਿੰਘਨ ਕਾ ਲਖਿਓਂ ਬਰੇਤੀ ਹੁਣ ਸਿੰਘ ਦੁਖ ਭੋਜਦੇ ਮਾਜੇ ਵਿੱਚ ਜਾਪੜੇ ਪਰ ਇੱਥੇ ਆਰਾਮ ਨਹੀਂ ਸੰ ਕਰ ਸਕਦੇ ਕਿਉਂਕਿ ਲਖਪਤ ਦੇ ਮਗਰ ਮਗਰ ਆਉਣ ਦਾ ਡਰ ਸੀ ਸੋ ਸਿੰਘ ਦੱਬੀ ਗਏ ਬਿਆਸਾ ਟੱਪੇ ਫਿਰ ਧਾਉ ਤਾਈ ਸਤਲੁਜ ਪਾਰ ਹੋ ਕੇ ਮਾਲਵੇ ਵਿੱਚ ਵੜ ਗਏ ਹੁਣ ਲਖਪਤ ਨਿਰਾਸ਼ ਹੋ ਕੇ ਲਾਹੌਰ ਮੁੜ ਗਏ ਪਰ ਪੜੋਲ ਤੋਂ ਕਠੂਏ ਆਦੀ ਥਾਮਾਂ ਤੋਂ ਬਹੁਤੇ ਸਿੰਘ ਥੱਕੇ ਟੁੱਟੇ ਜ਼ਖਮੀ ਤੇ ਹੋਰ ਜੋ ਪਕੜੇ ਗਏ ਲਾਹੌਰ ਲੈ ਆਇਆ ਸੀ ਇਹਨਾਂ ਨੂੰ ਇਸਨੇ ਦਿੱਲੀ ਦਰਵਾਜ਼ੇ ਦੇ ਬਾਹਰ ਮਰਵਾ ਦਿੱਤਾ ਲਖਪਤ ਸ਼ਹੀਦ ਹੋਏ ਸਿੰਘਾਂ ਦੇ ਸਿਰਾਂ ਦੇ ਕਈ ਗੱਡੇ ਲਾਹੌਰ ਲੈ ਆਇਆ ਸੀ ਜਿਨ੍ਹਾਂ ਨਾਲ ਖੂਹ ਭਾਰੇ ਤੇ ਬੁਰਜੋ ਸਾਰੇ ਗਏ ਸਨ ਉਥੇ ਤਦ ਘੋੜ ਮੰਡੀ ਸੀ ਹੁਣ ਲੰਡਾ ਬਾਜ਼ਾਰ ਹੈ ਤੇ ਸ਼ਹੀਦ ਗੰਜ ਵੀ ਹੈ ਆਂਗੂਜੀ ਲਿਖਦੇ ਹਨ ਪਾਸ ਨਵਾਬ ਗਏ ਥੇ ਸਾਰੇ ਉਹਨਕੇ ਸੀਸਨ ਬੁਰਜ ਉਸਾਰੇ ਉਧਰ ਮਾਲਵੇ ਅਪੜ ਕੇ ਖਾਲਸੇ ਦੇ ਜਥੇ ਅੜ ਅੜ ਪਿੰਡੀ ਖਿੰਡ ਗਏ ਮਾਲਵੇ ਦੇ ਸਿੰਘਾਂ ਨੇ ਆਪਣੇ ਪੀੜਿਤ ਭਰਾਵਾਂ ਦੀ ਵੱਡੀ ਆਗਤ ਭਾਗਤ ਕੀਤੀ ਜ਼ਖਮੀਆਂ ਦੇ ਇਲਾਜ ਹੋਣ ਲੱਗੇ ਦੁਰਬਲਾਂ ਦੀ ਪਾਲਣਾ ਹੋਣ ਲੱਗੀ ਇਸ ਪ੍ਰਕਾਰ ਲਖਪਤ ਨੇ ਜਿੰਨੀ ਪੰਥ ਦੀ ਹਾਨੀ ਕਰਕੇ ਉਸ ਨੂੰ ਜਰਜਰਾ ਕੀਤਾ ਗਿਆ ਸੀ ਉਹਨਾਂ ਮਾਲਵੇ ਦੇ ਸਿੰਘਾਂ ਨੇ ਆਪਣੇ ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਕੇ ਪੂਰੀਆਂ ਕਰਕੇ ਉਹਨਾਂ ਨੂੰ ਫਿਰ ਬਲੀ ਕਰ ਦਿੱਤਾ ਫੂਲ ਮਹਾਰਾਜ ਦੇ ਇਲਾਕੇ ਵਿੱਚ ਸਰਦਾਰ ਸ਼ਾਮ ਸਿੰਘ ਦਾ ਜਥਾ ਉਤਰਿਆ ਕਪੂਰ ਸਿੰਘ ਦਾ ਵਿਜੋਕੇ ਜੱਸਾ ਸਿੰਘ ਨੇ ਜੈਤੋ ਕੇ ਡੇਰਾ ਕਰਕੇ ਇਲਾਜ ਕਰਾਇਆ ਤੇ ਪੰਜ ਕੁ ਮਹੀਨਿਆਂ ਵਿੱਚ ਟੰਗ ਵੱਲ ਹੋ ਗਈ ਜੋ ਸਿੰਘ ਪਹਾੜੀ ਚੜ ਗਏ ਸੇਸ ਵਟਾ ਵਟਾ ਕੇ ਤੇ ਖਾਲਸੇ ਨੂੰ ਆ ਮਿਲੇ ਸਿੰਘ ਸਮਾਪਾ ਕੇ ਫਿਰ ਤਿਆਰ ਬਰ ਤਿਆਰ ਹੋ ਗਏ ਇਹ ਸਮਾਚਾਰ ਜੀਠ ਸਮਤ 1803 ਬਿਕਰਮੀ ਵਿਖੇ ਹੋਏ ਸਨ ਔਰ ਇਹ ਜੁਦ ਛੋਟੇ ਕਲੂਕਾਰੇ ਦੇ ਨਾਮ ਤੇ ਪ੍ਰਸਿੱਧ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ